ਰੂਪਨਗਰ ਪੁਲਿਸ ਦੇ ਵੱਲੋਂ ਜ਼ਿਲ੍ਹੇ ਭਰ ਦੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ। ਲਗਭਗ 200 ਪੁਲਿਸ ਮੁਲਾਜ਼ਮਾਂ ਨੇ ਜ਼ਿਲ੍ਹੇ ਦਾ ਚੱਪਾ ਚੱਪਾ ਖੰਗਾਲਿਆ। ਰੇਲਵੇ ਸਟੇਸ਼ਨ ਤੋਂ ਲੈ ਕੇ ਬੱਸ ਅੱਡੇ ਤੱਕ ਹਰ ਜਨਤਕ ਥਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਰਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਆਉਣ ਵਾਲੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਦੇ ਵੱਲੋਂ ਜ਼ਿਲ੍ਹੇ ਦੇ 8 ਰੇਲਵੇ ਸਟੇਸ਼ਨ, ਬੱਸ ਅੱਡਿਆਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਤਾਂ ਜੋ ਸ਼ਰਾਰਤੀ ਅਨਸਰਾਂ ਤੇ ਨਕੇਲ ਕੱਸੀ ਜਾ ਸਕੇ। ਪੈਟਰੋਲਿੰਗ ਚਲਾਈਆਂ ਨੇ ਆਪਣੇ ਇਲਾਕਿਆਂ ਵਿੱਚ, ਬਾਕੀ ਇਹਨਾਂ ਨਾਲ ਮੀਟਿੰਗ ਵੀ ਕੀਤੀ ਹੈਗੀ, ਚਾਹੇ ਉਹ ਪੈਟਰੋਲ ਪੰਪ ਐਸੋਸੀਏਸ਼ਨ ਹੈਗੀ ਹੈ, ਚਾਹੇ ਉਹ ਟਰੱਕ ਆਪਰੇਟਰ ਯੂਨੀਅਨ ਹੈਗੀ ਹੈ, ਕਿ ਪੂਰੀ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਿਆ ਜਾਵੇ। ਪੈਟਰੋਲ ਡੀਜ਼ਲ ਜਿਹੜਾ ਹੈਗਾ ਇੱਕ ਐਸੈਂਸ਼ੀਅਲ ਕਮੋਡਿਟੀ ਹੈਗੀ, ਇਹਦੀ ਹੋਲਡਿੰਗ ਨਹੀਂ ਕੀਤੀ ਜਾ ਸਕਦੀ ਹੈ। ਉਹਦੇ ਸਿਲਸਿਲੇ ਵਿੱਚ ਡੀਸੀ ਸਾਹਿਬ ਨੇ ਵੀ ਸਖ਼ਤ ਹਦਾਇਤ ਜਿਹੜੀ ਹੈਗੀ ਨੇ ਸਾਰਿਆਂ ਨੂੰ ਕੀਤੀਆਂ ਹੈਗੀਆਂ ਨੇ, ਔਰ ਵੀ ਵਿਲ ਇਨਸ਼ੋਰ ਕਿ ਜਿੱਥੇ ਤੱਕ ਐਸੈਂਸ਼ੀਅਲ ਕਮੋਡਿਟੀ ਹੈਗੀ ਹੈ ਲੋਕਾਂ ਨੂੰ ਪ੍ਰੋਪਰਲੀ ਮਿਲ ਸਕੇ। ਔਰ ਅੱਗੇ ਗੱਲਬਾਤ ਚੱਲ ਰਹੀ ਹੈਗੀ ਇਸ ਇਸ਼ੂ ਨੂੰ ਰਿਜ਼ੋਲਵ ਕਰਾਉਣ ਵਾਸਤੇ ਵੀ, ਕਿਉਂਕਿ ਪਬਲਿਕ ਇਨਕਨਵੀਨੀਅੰਸ ਕਾਫੀ ਕੌਜ਼ ਹੁੰਦੀ ਜਦੋਂ ਇਹੋ ਜਿਹੀ ਸਟ੍ਰਾਈਕ ਜਾਂ ਧਰਨੇ ਹੁੰਦੇ ਹੈਗੇ ਨੇ।